ਅੰਦਰ ਅੱਗ ਬਹੁਤ ਆ ਲਾਵਾ ਜੇ ਸਾਡੇ ਚੁੱਲ੍ਹੇ ਨਾ ਮੱਚੇ ਨਾ ਤਾਂ ਫਿਰ ਮਹਿਲ ਮੱਚੇ। ਮੈਂ ਕਿਹਾ ਹੁਣ ਦੇਖ ਲੈ ਟਾਇਰ ਗੇੜਾ ਮੂਹਰ ਨੂੰ ਗੇੜਾ ਮਗਰ ਨੂੰ ਬੈਕ ਕੇ ਠਾ ਠਾ ਹੁੰਦੀ ਆ। ਧਰਤੀ ਤੱਕ ਕਤੇਲ 56-30-75 ਐਚ ਪੀ ਕੈਟਾਗਰੀ। ਸਭ ਤੋਂ ਪਹਿਲਾਂ ਤਾਂ ਗੱਲ ਇਹ ਕਰਾਂਗੇ ਕਿ 75 ਐਚ ਪੀ ਕੈਟਾਗਰੀ ਦੇ ਵਿੱਚ ਹੌਲ ਲੈਣ ਦਾ ਇੰਜਣ ਅੱਜ ਤੱਕ ਤਾਂ ਹਜੇ ਨਹੀਂ ਬਣਿਆ ਜਿੱਦਾਂ ਦੀ ਇਹ ਪਾਵਰ ਪ੍ਰੋਡਿਊਸ ਕਰਦਾ ਮੋਡੀਫਿਕੇਸ਼ਨ ਤੋਂ ਬਾਅਦ। ਆਉਣ ਵਾਲੇ ਸਮੇਂ 'ਚ ਕੋਈ ਇੰਜਣ ਬਣ ਜਾਏ ਤਾਂ ਗੱਲ ਜ਼ਰੂਰ ਕਰਾਂਗੇ। ਜਿੱਦਾਂ ਤੁਸੀਂ ਵੇਖਿਆ ਪਹਿਲਾਂ ਇੱਦਾਂ ਦੀ ਆਵਾਜ਼ ਕਰਦਾ ਲੋੜ 'ਤੇ ਜਿੱਦਾਂ ਰੋਕਟ ਤਾਂ ਨੂੰ ਚੜ੍ਹਨ ਲੱਗਾ। ਪਹਿਲੀ ਗੱਲ ਮੈਂ ਲੱਗਾ ਇਹ ਕਰਨ ਵੀ ਹੌਲ ਲੈਣ ਦਾ ਕੋਈ ਟੁੱਟਦਾ ਨਹੀਂ। ਪਿੰਡਾਂ ਵਾਲੇ ਤਾਂ ਮੱਚੇ ਪਏ ਨੇ, ਮੂੰਹ ਤਾਂ ਮੱਖੀ ਨਹੀਂ ਉੱਡਦੀ ਕਈਆਂ ਦੇ ਤੱਜ ਕਈਆਂ ਦੇ ਤਾਂ ਨਹੀਂ ਪਤਾ ਰੋਟੀ ਨਾ ਨੰਗੇ ਅੱਜ ਦੇਖੀ ਮੈਦਾਨ ਛੱਡ ਕੇ ਨਾ ਭਾਜੀ। ਸਿਕੰਦਰ ਦਾ ਮੈਦਾਨਾਂ ਨਾਲ ਕੀ ਰਿਸ਼ਤਾ ਹੈ ਤੂੰ ਜਾਣਦੀ। ਪੈਸੇ ਹੈਗੇ ਮੁੱਕਰੇ ਥੋੜੀਆਂ ਪਤਲੋ ਗੱਡੀ ਤੇਜ਼ ਹੋਈ ਹੁੰਦੀ ਆ ਮੰਡੀਰ ਖਾਨੇ ਦੀ ਤੇ ਇਹ ਨੀ ਪਤਾ ਤੇਜ਼ ਤੇਜ਼ ਗੱਡੀ ਕਿੱਧਰ ਨੂੰ ਚੜ ਜਾਣੀ ਆ। ਚੱਲਦੇ ਨੇ ਮੁੰਡ ਤੋਂ ਜੱਟਾਂ ਦੇ ਪੁੱਤ ਸ਼ਹਿਰ ਤੇਰੇ ਸੱਤ ਦੀ ਐਵਰੇਜ ਹੈ 2000 ਦਾ ਤੇਲ ਇੱਕ ਦਿਨ ਚ ਪੈਂਦਾ ਜੇ ਇੰਨਾ ਘੁੰਮਣਾ ਫਿਰਨਾ ਤਾਂ ਇਹ ਕੋਈ ਮਾੜਾ ਜਿਹੜਾ ਬੰਦਾ ਅਫੋਰਡ ਨਹੀਂ ਕਰ ਵੀ ਇੰਨਾ ਪੈਸਾ ਕਿੱਥੋਂ ਆਉਂਦਾ ਤੁਸੀਂ ਆਪ ਸਮਝ ਕੱਟਣ ਡਿਆ ਪਹਿਲਾ ਗੋੜਾ ਨਵੀਂ ਹੁੱਕ ਦੇ